ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸੈਂਸਰ ਬੋਰਡ ਨੇ ਕੈਂਚੀ ਚਲਾਈ ਹੈ ਤੇ ਹੁਣ ਫਿਰ ਤੋਂ ਕੱਟ ਲਗਾ ਦਿੱਤੇ ਨੇ। ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਪੰਜਾਬ 95 ਜਸਵੰਤ ਸਿੰਘ ਖਾਲੜਾ ਤੇ ਆਧਾਰਿਤ ਹੈ, ਜਿਸ ਨੂੰ ਲੈ ਕੇ CBFC ਨੇ ਫਿਲਮ ਦੇ ਨਾਮ ਤੇ ਇਤਰਾਜ਼ ਜਤਾਇਆ ਹੈ ਤਾਂ ਸੈਂਸਰ ਬੋਰਡ ਨੇ ਵੀ ਇਸ ਫਿਲਮ ਦੇ ਕਈ ਸੀਨਸ ਦੇ ਵਿੱਚ ਕੱਟ ਲਗਾ ਦਿੱਤਾ ਹੈ। ਜਿੱਥੇ ਪਹਿਲਾਂ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ 85 ਕੱਟ ਲਾਏ ਗਏ ਸਨ ਤਾਂ ਇਸ ਵਾਰ 120 ਕੱਟ ਲਗਾ ਦਿੱਤੇ ਗਏ ਨੇ। ਨਾਲ ਹੀ ਕਈ ਸੀਨਸ ਦੇ ਵਿੱਚ ਤਬਦੀਲੀਆਂ ਕਰਨ ਲਈ ਵੀ ਕਿਹਾ ਗਿਆ ਹੈ। ਫਿਲਮ ਦੇ ਵਿੱਚੋਂ ਗੁਰਬਾਣੀ ਦੇ ਸੀਨ ਹਟਾਉਣ ਦੀ ਵੀ ਹਦਾਇਤ ਦਿੱਤੀ ਗਈ ਹੈ। ਦੱਸ ਦਈਏ ਕਿ ਹਨੀ ਤ੍ਰੇਹਨ ਦੇ ਨਿਰਦੇਸ਼ ਹੇਠ ਬਣੀ ਪੰਜਾਬ 95 ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਫਿਲਮ ਦੱਸੀ ਜਾ ਰਹੀ ਹੈ, ਜਿਸ ਨੇ 1984 ਤੋਂ ਲੈ ਕੇ 1994 ਦੌਰਾਨ ਪੰਜਾਬ ਵਿੱਚ ਜੋ ਕੁਝ ਵਾਪਰਿਆ ਉਹ ਦਿਖਾਇਆ, ਜਿਸ ਦੌਰਾਨ ਸਿੱਖ ਨੌਜਵਾਨਾਂ ਦੇ ਲਾਪਤਾ ਹੋਣ ਤੇ ਕਤਲ ਦੀ ਜਾਂਚ ਕੀਤੀ ਗਈ ਸੀ ਤਾਂ ਇਸੇ ਤੇ ਆਧਾਰਿਤ ਫਿਲਮ ਹੈ। ਪਰ ਇਸ ਫਿਲਮ ਦੇ ਵਿੱਚ ਹੁਣ ਸੈਂਸਰ ਬੋਰਡ ਦੇ ਵੱਲੋਂ ਲਗਾਤਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਜਿੱਥੇ ਪਹਿਲਾਂ 85 ਕੱਟ ਲਗਾਏ ਗਏ ਸਨ ਸੈਂਸਰ ਬੋਰਡ ਦੇ ਵੱਲੋਂ, ਤਾਂ ਹੁਣ ਇੱਥੇ 120 ਹੋਰ ਕੱਟ ਲਗਾ ਦਿੱਤੇ ਗਏ ਨੇ। ਨਾਲ ਹੀ ਕਈ ਸੀਨਸ ਨੂੰ ਬਦਲਣ ਲਈ ਕਿਹਾ ਗਿਆ ਹੈ, ਗੁਰਬਾਣੀ ਦੇ ਸੀਨ ਹਟਾਉਣ ਲਈ ਕਿਹਾ ਗਿਆ ਹੈ। ਇੱਥੇ CBFC ਨੇ ਫਿਲਮ ਦੇ ਨਾਮ ਤੇ ਯਾਨੀ ਕਿ ਪੰਜਾਬ 95 ਤੇ ਵੀ ਇਤਰਾਜ਼ ਜਤਾਇਆ ਹੈ ਕਿ ਇਹ ਨਾਮ ਨਹੀਂ ਹੋਣਾ ਚਾਹੀਦਾ। ਫਿਲਹਾਲ ਹੁਣ ਦਿਲਜੀਤ ਦੋਸਾਂਝ ਦੀ ਫਿਲਮ ਆਉਣ ਤੋਂ ਪਹਿਲਾਂ ਹੀ ਇਸ ਦੇ ਵਿੱਚ ਕਈ ਕੱਟ ਲੱਗ ਚੁੱਕੇ ਨੇ ਤੇ ਹਾਲੇ ਕਈ ਸੀਨ ਇਹਦੇ ਵਿੱਚ ਬਦਲੇ ਜਾਣੇ ਨੇ। ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸੈਂਸਰ ਬੋਰਡ ਨੇ ਕੈਂਚੀ ਚਲਾਈ ਹੈ ਤੇ ਹੁਣ ਫਿਰ ਤੋਂ ਕੱਟ ਲਗਾ ਦਿੱਤੇ ਨੇ। ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਪੰਜਾਬ 95 ਜਸਵੰਤ ਸਿੰਘ ਖਾਲੜਾ ਤੇ ਆਧਾਰਿਤ ਹੈ, ਜਿਸ ਨੂੰ ਲੈ ਕੇ CBFC ਨੇ ਫਿਲਮ ਦੇ ਨਾਮ ਤੇ ਇਤਰਾਜ਼ ਜਤਾਇਆ ਹੈ ਤਾਂ ਸੈਂਸਰ ਬੋਰਡ ਨੇ ਵੀ ਇਸ ਫਿਲਮ ਦੇ ਕਈ ਸੀਨਸ ਦੇ ਵਿੱਚ ਕੱਟ ਲਗਾ ਦਿੱਤਾ ਹੈ। ਜਿੱਥੇ ਪਹਿਲਾਂ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ 85 ਕੱਟ ਲਾਏ ਗਏ ਸਨ ਤਾਂ ਇਸ ਵਾਰ 120 ਕੱਟ ਲਗਾ ਦਿੱਤੇ ਗਏ ਨੇ। ਨਾਲ ਹੀ ਕਈ ਸੀਨਸ ਦੇ ਵਿੱਚ ਤਬਦੀਲੀਆਂ ਕਰਨ ਲਈ ਵੀ ਕਿਹਾ ਗਿਆ ਹੈ। ਫਿਲਮ ਦੇ ਵਿੱਚੋਂ ਗੁਰਬਾਣੀ ਦੇ ਸੀਨ ਹਟਾਉਣ ਦੀ ਵੀ ਹਦਾਇਤ ਦਿੱਤੀ ਗਈ ਹੈ। ਦੱਸ ਦਈਏ ਕਿ ਹਨੀ ਤ੍ਰੇਹਨ ਦੇ ਨਿਰਦੇਸ਼ ਹੇਠ ਬਣੀ ਪੰਜਾਬ 95 ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਫਿਲਮ ਦੱਸੀ ਜਾ ਰਹੀ ਹੈ, ਜਿਸ ਨੇ 1984 ਤੋਂ ਲੈ ਕੇ 1994 ਦੌਰਾਨ ਪੰਜਾਬ ਵਿੱਚ ਜੋ ਕੁਝ ਵਾਪਰਿਆ ਉਹ ਦਿਖਾਇਆ, ਜਿਸ ਦੌਰਾਨ ਸਿੱਖ ਨੌਜਵਾਨਾਂ ਦੇ ਲਾਪਤਾ ਹੋਣ ਤੇ ਕਤਲ ਦੀ ਜਾਂਚ ਕੀਤੀ ਗਈ ਸੀ ਤਾਂ ਇਸੇ ਤੇ ਆਧਾਰਿਤ ਫਿਲਮ ਹੈ। ਪਰ ਇਸ ਫਿਲਮ ਦੇ ਵਿੱਚ ਹੁਣ ਸੈਂਸਰ ਬੋਰਡ ਦੇ ਵੱਲੋਂ ਲਗਾਤਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਜਿੱਥੇ ਪਹਿਲਾਂ 85 ਕੱਟ ਲਗਾਏ ਗਏ ਸਨ ਸੈਂਸਰ ਬੋਰਡ ਦੇ ਵੱਲੋਂ, ਤਾਂ ਹੁਣ ਇੱਥੇ 120 ਹੋਰ ਕੱਟ ਲਗਾ ਦਿੱਤੇ ਗਏ ਨੇ। ਨਾਲ ਹੀ ਕਈ ਸੀਨਸ ਨੂੰ ਬਦਲਣ ਲਈ ਕਿਹਾ ਗਿਆ ਹੈ, ਗੁਰਬਾਣੀ ਦੇ ਸੀਨ ਹਟਾਉਣ ਲਈ ਕਿਹਾ ਗਿਆ ਹੈ। ਇੱਥੇ CBFC ਨੇ ਫਿਲਮ ਦੇ ਨਾਮ ਤੇ ਯਾਨੀ ਕਿ ਪੰਜਾਬ 95 ਤੇ ਵੀ ਇਤਰਾਜ਼ ਜਤਾਇਆ ਹੈ ਕਿ ਇਹ ਨਾਮ ਨਹੀਂ ਹੋਣਾ ਚਾਹੀਦਾ। ਫਿਲਹਾਲ ਹੁਣ ਦਿਲਜੀਤ ਦੋਸਾਂਝ ਦੀ ਫਿਲਮ ਆਉਣ ਤੋਂ ਪਹਿਲਾਂ ਹੀ ਇਸ ਦੇ ਵਿੱਚ ਕਈ ਕੱਟ ਲੱਗ ਚੁੱਕੇ ਨੇ ਤੇ ਹਾਲੇ ਕਈ ਸੀਨ ਇਹਦੇ ਵਿੱਚ ਬਦਲੇ ਜਾਣੇ ਨੇ।